देखो जी, कंपनियां का कम का ऐड करना हुंदा, साडा मकसद ये आ कि असीं किसान वीरां नूं सही सेध दईए, सही चीज़ दस सकीए भी इहदे विच की आ। उस प्रति भी मैं सारिआं नूं जाणू करवाउंदा रहिंदा। इत्थे भी जो आउंदा, जो वीडियोस भी देखदे ने जां जो कॉल्स भी करदे ने, हमेशा यही रहिंदा कि उन्हां सही जानकारी दे सकीए। इह महिंद्रा कंपनी दी माटी आ, जो साडी जिहड़ी सॉयल आ, जो साडी मिट्टी आ खेत दी, उहदे टैसटिंग करदी आ, नाल पी एच डी सैंपल भी लैंदी आ, पानी दे सैंपल भी चकदी आ कि साडी मिट्टी किन्ना क पानी अबजर्व कर सकदी आ, किन्ना क पानी ਦੀ ਉਹਨੂੰ ਲੋੜ ਆ, ਕਿੰਨਾ ਕੁ ਉਹਨੇ ਲੈਣਾ। ਇੱਥੇ ਜਿਹੜੇ ਨੇ ਬਹੁਤ ਸਾਰੀ ਸੈਲੀਬ੍ਰਿਟੀਜ਼ ਜਿਹੜੀਆਂ ਨੇ ਇੱਥੇ ਸ਼ੂਟ ਕਰ ਚੁੱਕੇ ਨੇ, ਕੌਣ ਕੌਣ ਉਰੇ ਆ ਚੁੱਕੇ ਨੇ, ਅਤੇ ਕਿਵੇਂ ਦਾ ਲੱਗਦਾ ਤੁਹਾਨੂੰ ਜਦੋਂ ਇੰਨੇ ਮਤਲਬ ਇੱਡੀ ਵੱਡੀਆਂ ਹਸਤੀਆਂ ਜਿਹੜੀਆਂ ਨੇ ਇੱਥੇ ਆਉਂਦੀਆਂ ਨੇ? ਰਾਏ ਜੁਝਾਰ ਸਾਹਿਬ, ਦੀਪ ਢਿੱਲੋਂ, ਉਹਨਾਂ ਦਾ ਸੌਂਗ ਸੀਗਾ, ਉਹਨਾਂ ਨੇ ਸ਼ੂਟ ਕੀਤਾ। ਅਮਰ ਆਡੀਓ ਵਾਲੇ ਉਹ ਆਪਣੀ ਮੋਟਰ 'ਤੇ ਸੀਗਾ, ਉਹਨਾਂ ਦਾ ਸ਼ੂਟ ਉਹ ਕਰ ਚੁੱਕੇ ਨੇ। ਅਤੇ ਇੱਕ ਦੋ ਮਾਮਾ ਬੱਦੋਵਾਲੀਆ ਜੀ ਨੇ, ਉਹ ਸ਼ੋਰਟ ਫਿਲਮਸ ਮੂਵੀਜ਼ ਕਰਦੇ ਨੇ, ਉਹ ਵੀ ਆਪਣੇ ਕੋਲ ਸੌਂਗ ਕਰ ਚੁੱਕੇ ਨੇ। ਕੰਪਿਊਟਰਾਈਜ਼ ਸਾਨੂੰ ਸਾਡੀ ਟੈਬਲੇਟ ਦੇ ਸਕਰੀਨ ਦੇ ਉੱਪਰ ਸਾਨੂੰ ਦੱਸ ਦਿੰਦੀ ਹੈ ਕਿੱਥੋਂ ਜ਼ਮੀਨ ਸਾਡੀ ਮਾੜੀ ਆ ਜਾਂ ਚੰਗੀ ਆ। ਅਤੇ ਉਹ ਆਪਾਂ ਕਾਫੀ ਜ਼ਿਆਦਾ ਮੈਪਿੰਗਸ 250 ਤੋਂ 300 ਏਕੜ ਕੀਤਾ ਸੀਗਾ ਉਹਦੇ ਪ੍ਰਤੀ। ਅਤੇ ਕ੍ਰਿਸ਼ੀ ਨੇ, ਮਹਿੰਦਰਾ ਨੇ ਵੀ ਅਵਾਰਡ ਦਿੱਤਾ। ਅਤੇ ਸਾਡੇ ਐਗਰੀਕਲਚਰ ਡਿਪਾਰਟਮੈਂਟ ਵਾਲੇ, ਕਿਉਂਕਿ ਲਾਸਟ 3 ਤੇ ਈਅਰਸ ਤੋਂ ਆਪਾਂ ਜੋ ਪੈੜੀ ਦੀ ਹੁੰਦੀ ਆ ਵੇਸਟੇਜ, ਉਹਨੂੰ ਵਰਨ ਹੀ ਕਰ ਰਹੇ, ਉਹਦੇ ਪ੍ਰਤੀ ਵੀ ਸਾਨੂੰ ਸਾਡੇ ਬਲਾਕ ਅਫਸਰਸ ਨੇ, ਸਾਡੇ ਚੀਫ ਸਾਹਿਬ ਨੇ, ਉਹਨਾਂ ਨੇ ਵੀ ਅਵਾਰਡ ਦਿੱਤਾ। ਅਤੇ ਸਾਨੂੰ ਕਾਲਸ ਵੀ ਕਰਦੇ ਰਹਿੰਦੇ ਆ, ਸਾਨੂੰ ਐਪਰੀਸ਼ੀਏਟ ਵੀ ਕਰਦੇ ਰਹਿੰਦੇ ਆ, ਜਿੱਥੇ ਸਾਨੂੰ ਲੋੜ ਹੁੰਦੀ ਆ ਉਹ ਵੀ ਆ ਕੇ ਸਾਡੇ ਨਾਲ ਖੜ੍ਹਦੇ ਆ। ਯੂਥ ਨੂੰ ਮੈਂ ਕਹਿਣਾ ਚਾਹੁੰਦਾ ਵੀ ਆਪਾਂ ਸਰਕਾਰਾਂ ਨੂੰ ਨਾ ਭੰਡਦੇ ਹੋਏ ਆਪਣੇ ਘਰਦਿਆਂ ਦਾ ਸਾਥ ਦੇਈਏ ਥੋੜ੍ਹਾ ਬਹੁਤਾ। ਚਲੋ ਹੈ ਤਾਂ ਸਾਰਾ ਕੁਛ ਹੀ ਆ, ਹੁਣ ਸਰਕਾਰਾਂ ਵੀ ਸਾਥ ਨਹੀਂ ਦੇ ਰਹੀਆਂ। ਹੁਣ ਜਿੱਦਾਂ ਕਿ ਭਾਜੀ ਦੀ ਗੱਲ ਕਰੀਏ, ਸ਼ਰਮਾ ਸਾਹਿਬ ਨੇ ਜਗਰਾਓਂ ਪੁਲ ਦੇ ਥੱਲੇ, ਤੁਸੀਂ ਵੀ ਇੰਟਰਵਿਊ ਪਾਈ ਆ ਮੇਰੇ ਚੈਨਲ 'ਤੇ, ਵੀਡੀਓ ਪਾਈ ਆ, ਦੇਖੋ ਉਹਨਾਂ ਨੇ ਕਿੰਨੀ ਸਟੱਡੀ ਕੀਤੀ ਆ ਅਤੇ ਉਹਨਾਂ ਦੇ ਅਕੋਰਡਿੰਗ ਉਹ ਕੰਮ ਕੀ ਕਰ ਰਹੇ ਆ। ਪਰ ਉਹਦੇ ਪਿੱਛੇ ਮੋਟੀਵੇਸ਼ਨ ਦੇਖੋ ਕੀ ਆ, ਉਹ ਇੰਨਾ ਸਾਰਾ ਕੁਛ ਕਰਕੇ ਵੀ ਹਾਰਡ ਵਰਕ ਕਰ ਰਹੇ ਆ, ਉਹਨਾਂ ਨੇ ਹਾਰਡ ਵਰਕ ਨਹੀਂ ਛੱਡਿਆ। ਨਸ਼ਾ ਉਹ ਵੀ ਕਰ ਸਕਦੇ ਸੀ, ਉਹ ਵੀ ਗਲਤ ਲਾਈਨ 'ਤੇ ਚੱਲ ਸਕਦੇ ਸੀ, ਗਲਤ ਰਸਤੇ ਪੈ ਸਕਦੇ ਸੀ, ਪਰ ਉਹਦਾ ਰਿਜ਼ਲਟ ਨਹੀਂ ਸੀ ਮਿਲਣਾ। ਮੇਰਾ ਕੋਈ ਬਿਜ਼ੀ ਨਹੀਂ ਹੁੰਦਾ, ਜੇ ਕਹੀਏ ਤਾਂ ਕਿਸਾਨਾਂ ਦੇ ਲਈ ਤਾਂ ਆਪਾਂ 24 ਘੰਟੇ ਹਾਜ਼ਰ ਹਾਂ ਜੀ। ਜਦੋਂ ਮਰਜ਼ੀ ਮੈਨੂੰ ਕਿਸੇ ਨੂੰ ਵੀ ਕਦੋਂ ਵੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਨੂੰ ਕਦੋਂ ਮਰਜ਼ੀ ਕਾਲ ਕਰ ਸਕਦੇ, ਆਪਾਂ ਐਨੀ ਟਾਈਮ ਕਾਲ ਚੱਕਾਂਗੇ, ਕੋਈ ਇਹ 'ਚ ਉਹ ਨਹੀਂ, ਆਪਣੀ ਟਾਈਮਿੰਗ ਨਹੀਂ ਹੈਗੀ। ਕਿਉਂਕਿ ਕਹਿੰਦੇ ਹੁੰਦੇ ਆ ਵੀ ਦਿਨ ਪਰ ਰਾਤ ਦੀ ਕਮਾਈ ਆ ਜਿਹੜੀ ਉਹ ਕਿਸਾਨ ਕਰਦਾ, ਤਾਂ ਉਹ ਮਿਹਨਤ ਜੇ ਕੋਈ ਕਰਦਾ ਤਾਂ ਕੋਈ ਨਵੀਂ ਚੀਜ਼ ਕਰਨਾ ਚਾਹੁੰਦਾ ਤਾਂ ਆਪਾਂ ਉਹਦਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਅੱਜ ਅਸੀਂ ਮੌਜੂਦ ਹਾਂ ਸਵੱਦੀ ਕਲਾਂ ਵਿੱਚ, ਜਗਰਾਜ ਜੀ ਦੇ ਘਰ ਮੌਜੂਦ ਹਾਂ, ਜਿਹੜੇ ਕਿ ਦੇਖ ਸਕਦੇ ਹੋ ਤੁਸੀਂ ਟੂਰ ਫਾਰਮ ਲਿਖਿਆ, ਯਾਨੀ ਇੱਥੇ ਕੀ ਹੈ ਉਹ ਟਰੈਕਟਰਾਂ ਬਾਰੇ ਆ, ਸਾਨੂੰ ਪੂਰੀ ਜਾਣਕਾਰੀ ਦੇਣਗੇ ਕਿਹੜੀ ਮਸ਼ੀਨਰੀ ਇੱਥੇ ਤਿਆਰ ਹੁੰਦੀ ਹੈ ਅਤੇ ਇਹਨਾਂ ਦਾ ਕੀ ਸਟਰਗਲ ਰਿਹਾ ਇਸ ਦੇ ਪਿੱਛੇ। ਅਤੇ ਇੱਕ ਹੋਰ ਗੱਲ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਜਿਹੜੇ ਨੇ ਬਹੁਤ ਸਾਰੇ ਸੈਲੀਬ੍ਰਿਟੀਜ਼ ਜਿਹੜੇ ਨੇ ਇੱਥੇ ਵੀਡੀਓਜ਼ ਵੀ ਸ਼ੂਟ ਕਰ ਚੁੱਕੇ ਨੇ, ਬਹੁਤ ਜ਼ਿਆਦਾ ਸਿੰਗਰ ਹੋ ਗਏ ਜਿਹੜੇ ਵੀ ਸ਼ੂਟ ਕਰਨ ਆਉਂਦੇ ਨੇ ਇਸ ਪਿੰਡ ਵਿੱਚ, ਇਹਨਾਂ ਦੇ ਘਰ ਦੇ ਵਿੱਚ ਆ ਚੁੱਕੇ ਨੇ। ਕਿ ਇੱਧਰ ਕੀ ਖਾਸ ਗੱਲ ਹੈ ਇਹਨਾਂ ਦੇ ਕੋਲ, ਆਪਾਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਦੇਖ ਸਕਦੇ ਹੋ ਤੁਸੀਂ ਟਰੈਕਟਰ, ਇਹਨਾਂ ਦੇ ਜਿਹੜੇ ਟਰੈਕਟਰ ਲੱਗੇ ਹੋਏ ਨੇ ਫਾਰਮ ਦੇ ਵਿੱਚ। ਗੱਲਬਾਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤਾਂ ਪਹਿਲਾਂ ਪੰਜਾਬ ਨਿਊਜ਼ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿ ਤੁਸੀਂ ਸਾਡੇ ਘਰ ਆਏ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਾਣਨਾ ਚਾਹਾਂਗੇ ਕਿ ਤੁਹਾਡਾ ਜਿਹੜਾ ਸਟਰਗਲ ਹੈ ਇਸ ਲਾਈਫ, ਜਿਹੜੀ ਤੁਹਾਡੀ ਗੁਜ਼ਾਰੀ ਹੈ, ਕਿਵੇਂ ਤੁਸੀਂ ਇੰਨਾ ਵਧੀਆ ਘਰ ਬਣਾ ਚੁੱਕੇ ਹੋ, ਕੀ ਇੱਦਾਂ ਦਾ ਤੁਹਾਡੇ ਸਮਾਂ ਜਿਹੜਾ ਸੀ, ਕਿਹੜਾ ਸਮਾਂ ਸੀ, ਕਿੰਨਾ ਕੁ ਟਫ ਸੀਗਾ ਉਹ ਤੁਹਾਡੇ ਲਈ, ਉਹ ਸਭ ਜਾਣਨਾ ਚਾਹਾਂਗੇ। ਮੈਂ ਇਹਦੇ ਪਿੱਛੇ ਮੈਮ ਸਭ ਤੋਂ ਪਹਿਲਾਂ ਤਾਂ ਜੀ ਸ਼ੁਕਰਗੁਜ਼ਾਰ ਹਾਂ ਸਾਡੇ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, ਕਿਉਂਕਿ ਜੋ ਖੇਤੀਬਾੜੀ ਆ ਨਾ ਜੀ ਉਹ ਕੁਦਰਤ ਦੇ ਹੱਥ ਵਿੱਚ ਆ ਸਭ ਤੋਂ ਵੱਡੀ ਗੱਲ ਆ, ਕਿ ਉਹਨਾਂ ਨੇ ਸਾਡੇ 'ਤੇ ਇੰਨੀ ਕਪਾਰ ਕਿਰਪਾ ਕੀਤੀ ਆ ਕਿ ਸਾਨੂੰ ਅੱਜ ਸਟਰਗਲ ਵੀ ਕੀਤੀ ਆ, ਬਹੁਤ ਮਿਹਨਤ ਕੀਤੀ ਆ, ਪਰ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਇਆ ਵਾ। ਅਤੇ ਇਹਦੇ ਪਿੱਛੇ ਬਹੁਤ ਸਟਰਗਲ ਰਹੀ ਆ, ਸਭ ਤੋਂ ਪਹਿਲਾਂ ਤਾਂ ਫਾਦਰ ਸਾਹਿਬ ਹੋਣੀ ਨੇ ਮੇਰੇ, ਸਾਡੇ ਦਾਦਾ ਜੀ ਹੋਣੀ ਨੇ, ਉਹਨਾਂ ਨੇ ਬਹੁਤ ਸਟਰਗਲ ਕੀਤੀ ਆ, ਮੇਰੇ ਤੋਂ ਵੱਧ ਉਹਨਾਂ ਨੇ ਸਟਰਗਲ ਦਾ ਸਮਾਂ ਦੇਖਿਆ ਵਾ। ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਨਮਸਕਾਰ ਕਰਦਾ ਕਿ ਉਹਨਾਂ ਨੇ ਇੰਨੀ ਸਟਰਗਲ ਕਰਕੇ ਸਾਨੂੰ ਇੱਥੇ ਤੱਕ ਖਾਣ ਜੋਗੇ ਕੀਤਾ। ਅਤੇ ਲੱਗੀ ਮੈਨੂੰ ਤੁਹਾਡੀ ਕਿ ਤੁਸੀਂ ਆਪਣੇ ਜਿਹੜੇ ਵੱਡੇ ਨੇ ਤੁਹਾਡੇ, ਉਹਨਾਂ ਦਾ ਤੁਸੀਂ ਸਤਿਕਾਰ ਕਰ ਰਹੇ ਹੋ, ਜੋ ਕਿ ਆਪਾਂ ਅਕਸਰ ਭੁੱਲ ਜਾਂਦੇ ਹਾਂ। ਹਾਂਜੀ ਬਿਲਕੁਲ ਜੀ, ਦੇਖਣ ਚਾਹੁੰਦਾ ਕਿ ਸਾਡੀਆਂ ਅੱਜ ਕੱਲ੍ਹ ਪੀੜ੍ਹੀਆਂ ਨੇ ਜੋ ਉਹ ਇਹ ਗੱਲ ਸਮਝ ਨਹੀਂ ਰਹੀਆਂ, ਕਿਉਂਕਿ ਜੇ ਮੈਂ ਆਪ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਾਂ
ਤਾਂ ਸਾਡਾ ਪੰਜਾਬ ਸਾਡੇ ਬਜ਼ੁਰਗਾਂ ਦੇ ਇਹ ਕਰਕੇ ਹੀ ਇੰਨੀ ਤਰੱਕੀ ਕਰ ਰਿਹਾ ਵਾ, ਇੱਥੇ ਤੱਕ ਪਹੁੰਚਿਆ ਵਾ ਕਿ ਜੋ ਸਾਡੇ ਬਜ਼ੁਰਗ ਸੀ ਉਹਨਾਂ ਨੇ ਬਹੁਤ ਸਟਰਗਲ ਦੇਖੀ ਆ, ਉਹਨਾਂ ਨੇ ਬਹੁਤ ਮਿਹਨਤ ਕੀਤੀ ਆ, ਤਾਂ ਸਾਡੇ ਪੰਜਾਬ ਦੇ ਜੋ ਸਟੂਡੈਂਟ ਅੱਜ ਬਾਹਰ ਬੈਠੇ ਨੇ, ਜੋ ਜਾ ਰਹੇ ਨੇ, ਜੋ ਸਾਡੇ ਲੋਕ ਬਾਹਰ ਨੇ, ਉਹ ਸਾਡੇ ਬਜ਼ੁਰਗਾਂ ਦੇ ਕਰਕੇ ਆ, ਉਹ ਉਹਨਾਂ ਦੀ ਅਣਥੱਕ ਮਿਹਨਤ ਦੇ ਕਰਕੇ ਆ, ਕਿਉਂਕਿ ਉਹਨਾਂ ਨੇ ਬਹੁਤ ਸਟਰਗਲ ਕਰਕੇ, ਬਹੁਤ ਹਾਰਡਵਰਕ ਕਰਕੇ ਸਾਨੂੰ ਇੱਥੇ ਤੱਕ ਖੜ੍ਹੇ ਕੀਤਾ। ਬਿਲਕੁਲ। ਅਤੇ ਜਾਣਨਾ ਚਾਹਾਂਗੇ ਕਿ ਤੁਹਾਡਾ ਐਕਚੁਅਲ 'ਚ ਕੰਮ ਕੀ ਹੈ, ਅਤੇ ਤੁਸੀਂ ਦੱਸਿਆ ਜਿਵੇਂ ਕਿ ਨਵੀਂ ਮਸ਼ੀਨਰੀ, ਬਹੁਤ ਸਾਰੇ ਸ਼ੌਕੀਨ ਆਉਣਗੇ ਟਰੈਕਟਰਾਂ ਦੇ, ਤਾਂ ਜ਼ਰੂਰ ਉਹਨਾਂ ਨੂੰ ਦੱਸੋ, ਤੁਸੀਂ ਦਰਸ਼ਕ ਨੇ ਸਾਡੇ ਜਿਹੜੇ। ਹਾਂਜੀ ਮੈਮ, ਸ਼ੌਕ ਆ ਨਾ ਜਿਹੜਾ ਕਹਿੰਦੇ ਹੁੰਦੇ ਨਾ ਵੀ ਜੱਟ ਨੂੰ ਸਾਰਿਆਂ ਨੂੰ ਪਿਆਰਾ ਆਪਦਾ ਟਰੈਕਟਰ ਆ ਜਿਹੜਾ ਉਹ ਪੁੱਤ ਹੁੰਦਾ, ਅਤੇ ਆਪਾਂ ਆਮ ਹੀ ਮੂਵੀਜ਼ ਦੇਖਦੇ ਹਾਂ ਕਿ ਜੱਟ ਆਪਦੇ ਟਰੈਕਟਰ ਨੂੰ ਪੁੱਤ ਕਹਿੰਦਾ, ਅਤੇ ਟਰੈਕਟਰ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਸਾਡੀ ਖੇਤੀਬਾੜੀ 'ਚ, ਕੰਮ ਖੇਤੀਬਾੜੀ ਕਰਦੇ ਹਾਂ, ਅਤੇ ਆਪਾਂ ਜੋ ਵੀ ਫਸਲਾਂ ਝੋਨਾ ਬੀਜਿਆ ਅਸੀਂ ਆਲੂ ਵੀ ਲਗਾਉਂਦੇ ਹਾਂ, ਅਤੇ ਜੋ ਬਹੁਤ ਹਾਰਡ ਵਰਕਿੰਗ ਫਸਲ ਹੁੰਦੀ ਆ ਸਾਡਾ, ਤਕਰੀਬਨ ਪਿੰਡ 'ਚ ਕਾਫੀ ਜ਼ਿਆਦਾ ਕਾਸ਼ਤ ਜਿਹੜੀ ਉਹ 3 ਫਸਲਾਂ ਦੀ ਹੁੰਦੀ ਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਨਵੀਂ ਮਸ਼ੀਨਰੀ ਦੇ ਵਿੱਚ ਬਹੁਤ ਅਪਡੇਟ ਰਹਿੰਦੇ ਹਾਂ, ਤਾਂ ਕਿ ਜੋ ਸਾਡੇ ਕਿਸਾਨ ਆ ਅਸੀਂ ਉਹਨਾਂ ਨੂੰ ਵੀ ਹੋਰ ਜੋ ਮੋਟੀਵੇਸ਼ਨ ਕਰ ਸਕੀਏ, ਮੋਟੀਵੇਸ਼ਨ ਦੇ ਸਕੀਏ, ਉਹਨਾਂ ਨੂੰ ਵਧੀਆ ਰਾਹ ਦਿਖਾ ਸਕੀਏ, ਕਿਉਂਕਿ ਸਾਨੂੰ ਜੇ ਮਹਾਰਾਜ ਨੇ ਇੱਥੇ ਤੱਕ ਲੈ ਕੇ ਆਉਂਦਾ ਤਾਂ ਸਾਡੀ ਮਿਹਨਤ ਨੂੰ ਝੋਲੀ 'ਚ ਫਲ ਪਾਇਆ ਵਾ ਸਫਲਤਾ ਦਾ, ਤਾਂ ਅਸੀਂ ਹੋਰ ਵੀ ਕਿਸਾਨਾਂ ਨੂੰ ਉਹਦਾ ਰਾਹ ਦਿਖਾ ਸਕੀਏ। ਚਲੋ ਕੁਛ ਸਮਾਂ ਜੋ ਕਿਸਾਨਾਂ 'ਤੇ ਆ, ਸਭ ਤੋਂ ਪਹਿਲਾਂ ਤਾਂ ਬਹੁਤ ਮੈਂ ਕਹਿ ਸਕਦਾ ਵੀ ਸਿਚੁਏਸ਼ਨ ਮੰਦਭਾਗੀ ਆ ਜਿਹੜੀ ਉਹ ਚੱਲ ਰਹੀ ਆ, ਕਿ ਸਾਡੇ ਕਿਸਾਨ ਦਿੱਲੀ 'ਚ ਮਰ ਰਹੇ ਆ ਬੈਠੇ ਆ, ਸਾਡੀਆਂ ਸਰਕਾਰਾਂ ਨੇ ਜੋ ਉਹ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਵੀ ਤਸ਼ੱਦਤ ਕਰਨ ਦੇ ਬਰਾਬਰ ਹੀ ਚੱਲ ਰਿਹਾ, ਪਰ ਚਲੋ ਮੈਂ ਕਹਿੰਦਾ ਵੀ ਸਾਰੇ ਜੰਗ ਜਿੱਤ ਕੇ ਅਸੀਂ ਵਾਪਸ ਆਪਦੇ ਘਰਾਂ ਨੂੰ ਪਰਤੀਏ, ਅਤੇ ਆਪਣੀ ਇਸੇ ਮਿਹਨਤ ਦੇ ਸਦਕਾ ਅਸੀਂ ਆਪਣੇ ਬਲਬੂਤਿਆਂ 'ਤੇ ਪਹੁੰਚਦੇ ਰਹੀਏ ਜੀ। ਮੈਂ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਤੁਹਾਡਾ ਜਿਹੜਾ ਸਭ ਤੋਂ ਫੇਵਰੇਟ ਤੁਹਾਡਾ ਆਪਣਾ ਕਿਹੜਾ ਟਰੈਕਟਰ ਹੈ ਇੱਥੇ? ਮੇਰਾ ਜੀ ਆਪਦਾ ਟਰੈਕਟਰ ਫੇਵਰੇਟ ਸਭ ਤੋਂ ਪਹਿਲਾਂ ਤਾਂ ਜੀ HMT 69 ਵਾ, ਉਹਦੇ ਪਿੱਛੇ ਇੱਕ ਕਾਰਨ ਆ ਜੀ, ਕਿਉਂਕਿ ਜਦੋਂ ਮੈਂ ਬਚਪਨ 'ਚ ਸੀਗਾ ਤਾਂ ਆਪਣੇ ਘਰ 'ਚ 69 ਸੀਗੇ ਜੋ ਕੰਮ ਕਰਦੇ ਸੀ, ਡੈਡੀ ਹੁਣੀ ਚਲਾਉਂਦੇ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਬਹੁਤ ਜ਼ਿਆਦਾ ਉਹ ਟਰੈਕਟਰਾਂ ਦੇ ਨਾਲ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ। ਮੈਂ ਦੱਸ ਦਿੰਦਾ ਇੱਥੇ ਕਿ ਪੰਜਾਬ ਨੂੰ ਛੱਡ ਕੇ UP ਤੱਕ ਵੀ ਉਹ ਟਰੈਕਟਰ ਚਲਾਉਂਦੇ ਰਹੇ ਨੇ। UP ਦੇ ਵਿੱਚ ਕਰਾਹ ਹੁੰਦਾ ਸੀ ਸਕਰੈਪਰ, ਉਹਦੇ ਨਾਲ ਜ਼ਮੀਨ ਪੱਧਰ ਕਰਨ ਦਾ ਕੰਮ ਹੁੰਦਾ ਸੀਗਾ, ਜੋ ਡੈਡੀ ਹੁਣਾਂ ਨੇ, ਮੇਰੇ ਫਾਦਰ ਸਾਹਿਬ ਹੁਣਾਂ ਨੇ ਉੱਥੇ ਬਹੁਤ ਜ਼ਿਆਦਾ ਸਟਰਗਲ ਜਿਹੜੀ ਉਹ UP ਤੱਕ ਵੀ ਕੀਤੀ ਆ, ਇਸ ਕਰਕੇ ਉਹ ਮੇਰਾ ਹਰ ਵਕਤ ਹਰ ਦਮ ਉਹ ਮੇਰਾ ਫੇਵਰੇਟ ਟਰੈਕਟਰ ਰਹੂਗਾ, ਜੋ ਉਹ ਮੈਂ ਸਮਝਦਾ ਵੀ ਉਹ ਟਰੈਕਟਰ ਦੇ ਕਰਕੇ, ਉਹਨਾਂ ਟਰੈਕਟਰਾਂ ਦੇ ਕਰਕੇ ਉਹਨਾਂ ਨੇ ਡੈਡੀ ਹੁਣਾਂ ਨੇ ਮਿਹਨਤ ਕੀਤੀ ਉਹਨਾਂ 'ਤੇ, ਅਤੇ ਉਹਨਾਂ ਦੇ ਕਰਕੇ ਅਸੀਂ ਇੱਥੇ ਤੱਕ ਆਏ ਹਾਂ, ਅਤੇ ਉਹਨਾਂ ਦੇ ਕਰਕੇ ਅੱਜ ਇੰਨੇ ਟਰੈਕਟਰ ਨੇ, ਕਿਉਂ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਇਹ ਅਤੇ ਅੱਜ ਦਾ ਜਿਹੜਾ ਅਸੀਂ ਇੱਥੇ ਮੌਜੂਦ ਹਾਂ ਸਪੈਸ਼ਲ ਤੁਹਾਡੇ ਕੋਲ ਸਾਰੇ ਟਰੈਕਟਰ ਦੇਖਣ ਆਏ ਹਾਂ, ਕੀ ਮਸ਼ੀਨਰੀ ਯੂਜ਼ ਕਰਦੇ ਹੋ, ਕੀ ਅਵਾਰਡ ਜਿੱਤ ਚੁੱਕੇ ਹੋ, ਸਭ ਜਾਣਨਾ ਚਾਹਾਂਗੇ, ਅਤੇ ਕਰੀਏ ਦੌਰਾ ਸ਼ੁਰੂ ਆਪਾਂ। ਜੀ ਬਿਲਕੁਲ, ਆਜੋ ਜੀ। ਅੱਜ ਕੱਲ੍ਹ ਦੇ ਸਮੇਂ 'ਤੇ ਆਪਣੇ ਕੋਲ ਸੋਨਾਲੀਕਾ ਨੇ ਜੋ ਇਸ ਵਕਤ 3 ਨੇ, ਅਤੇ 69 ਵੀ ਤੁਸੀਂ ਦੇਖ ਸਕਦੇ ਹੋ ਖੜ੍ਹਾ ਵਾ, ਅਤੇ ਹੁਣ ਬਹੁਤ ਕੰਮ ਆ ਜਿਹੜਾ ਉਹ ਚੱਲ ਰਿਹਾ, ਸੀਜ਼ਨ ਆਉਣ ਵਾਲਾ ਵਾ, ਸਾਰੀ ਚੀਜ਼ਾਂ ਦੀ ਰਿਪੇਅਰ ਆ ਜਿਹੜੀ ਚੱਲ ਰਹੀ ਆ, ਗੱਠਾਂ ਬੰਨ੍ਹਣ ਵਾਲੀ ਮਸ਼ੀਨ ਆ, ਟਰੈਕਟਰ ਦਾ ਜੋ ਕੰਮ ਵਗੈਰਾ ਹੋ ਰਿਹਾ ਉਹ ਕਰ ਰਹੇ ਹਾਂ, ਅਤੇ ਕਿਉਂਕਿ 15-20 ਦਿਨ ਦੇ ਵਿੱਚ ਸਾਡਾ ਝੋਨਾ ਜਿਹੜਾ ਉਹ ਆ ਜਾਣਾ ਵਾ, ਅਸੀਂ ਸਟਾਰਟਿੰਗ ਕਰਨ ਲੱਗੇ ਹਾਂ ਸੀਜ਼ਨ ਦੀ, ਅਤੇ ਉਹਦੇ ਪ੍ਰਤੀ ਸਾਰਾ ਸਾਡਾ ਜਿਹੜਾ ਹੈਗਾ ਸਿਸਟਮ ਉਹ ਸਟਾਰਟ ਹੋ ਚੁੱਕਿਆ, ਤੁਹਾਨੂੰ ਸਾਰਾ ਕੁਛ ਖੁੱਲ੍ਹਿਆ ਮਿਲੂਗਾ, ਅਤੇ ਤੁਸੀਂ ਦਿਖਾ ਸਕਦੇ ਹੋ ਵੀ ਸਾਰਾ ਕੁਛ ਜਿਹੜਾ ਅਸੀਂ ਇੱਥੇ ਆਪ ਖੁਦ ਸਾਡੇ ਮਾਲਵਾ ਟਰੈਕਟਰਸ ਵਾਲੇ ਨੇ ਉਹ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਨੇ, ਦੇਖ ਸਕਦੇ ਹੋ ਵੀ ਇੱਥੇ ਟਰੈਕਟਰ ਸਾਡੇ, ਅਸੀਂ ਘਰ ਖੁਦ ਆਪਣੇ ਆਪ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਅਸੀਂ ਦੇਖੀਏ 'ਚ ਕੀ ਆ ਕਿਵੇਂ ਆ, ਅਤੇ ਜੋ ਮਿਸਤਰੀ ਨੇ ਉਹ ਵੀ ਇਨਸਾਨ ਹੀ ਹੁੰਦੇ ਆ, ਵੀ ਅਸੀਂ ਵੀ ਦੇਖੀਏ ਅਸੀਂ ਖੁਦ ਜੋ ਕਰ ਸਕੀਏ, ਮਤਲਬ ਆਪਦੇ ਹੱਥਾਂ ਨਾਲ ਇਹਨੂੰ ਠੀਕ ਕਰ ਸਕੀਏ ਜਾਂ ਰਿਪੇਅਰ ਕਰ ਸਕੀਏ, ਅਸੀਂ ਇਸ ਚੀਜ਼ 'ਚ ਵੀ ਬਹੁਤ ਕਰ ਰਹੇ ਹਾਂ, ਅਤੇ ਮੈਂ ਇਹਦੇ ਪ੍ਰਤੀ ਵੀਡੀਓ ਵੀ ਪਾ ਰਿਹਾ ਜੀ ਆਪਣੇ ਚੈਨਲ ਦੇ ਉੱਪਰ, ਅਤੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰਾ ਚੈਨਲ ਵੀ ਬਣਿਆ ਹੋਇਆ YouTube ਦੇ ਉੱਤੇ ਟਰੈਕਟਰ ਲਵਰ ਸਤੂਰ, ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਉਹ 'ਤੇ ਮੈਂ ਮਸ਼ੀਨਰੀ ਦੀਆਂ ਨਵੀਆਂ ਅਪਡੇਟਸ ਆ ਜਿਹੜੀਆਂ ਜੀ ਉਹ ਪਾਉਂਦਾ ਹੁੰਦਾ ਵਾਂ, ਕਿਉਂਕਿ ਜੋ ਨਵੀਂ ਮਸ਼ੀਨਰੀ ਹੁੰਦੀ ਆ ਜਾਂ ਉਹਦੇ ਬਾਰੇ ਜਾਣਕਾਰੀ ਹੁੰਦੀ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਅੱਜ ਕੱਲ੍ਹ ਆ ਰਹੀਆਂ ਨੇ ਮਾਰਕੀਟ 'ਚ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਟੈਕਨੋਲੋਜੀ ਆ ਜਿਹੜੀਆਂ ਨਹੀਂ ਸਮਝ ਲੱਗ ਸਕਦੀ, ਨੋਰਮਲ ਜੈਨੂਅਨ ਬੰਦਾ ਉਹਨੂੰ ਨਹੀਂ ਛੇਤੀ ਸਮਝ ਸਕਦਾ, ਅਤੇ ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਮੈਨੂੰ ਪਤਾ ਤਾਂ ਮੈਂ ਹੋਰ ਕਿਸਾਨਾਂ ਨੂੰ ਵੀ ਉਹਦੇ ਬਾਰੇ ਜਾਣੂ ਕਰਵਾ ਸਕਾਂ, ਇਸ ਕਰਕੇ ਮੈਂ ਉਹਦੇ 'ਤੇ ਨਵੀਆਂ ਨਵੀਆਂ ਅਪਡੇਟਸ ਜਿਹੜੀਆਂ ਉਹ ਨਾਲ ਦੀ ਨਾਲ ਪਾਉਂਦਾ ਰਹਿੰਦਾ ਵਾਂ। ਹਾਂਜੀ, ਇੱਕ ਗੱਲ ਪੁੱਛਣਾ ਚਾਹਾਂਗੀ
एक तां हुंदे पुराने ख्यालात वाले उही कल्ले कल्ले जिहड़े ट्रैक्टर नूं खरीदना चाहुंदे उन्हां बारे जानना चाहुंदे आ, या फिर तुहाडे कोल आउंदे आ यूथ जिहड़ी हुंदी आ अजकल दे मुंडे ओह आउंदे ने तुहाडे कोल? हाँ जी मैम, अजकल दे बहुत यूथ आ जिहड़ा ओह मेरे कोल आउंदा इस लई कि ट्रैक्टर देखण दे लई, क्योंकि उन्हां नूं इह हुंदा वी इक तां वी कुछ ना कुछ नवां करदे आ जरूर, ते करदे वी रहिंदे आ, ते मैनूं इह आ वी ਨਵੇਂ ਟਰੈਕਟਰਸ ਦੇ ਉੱਪਰ ਵੀ ਕਰਦੇ ਨੇ ਨਾ ਪੁਰਾਣਿਆਂ ਦੇ ਉੱਪਰ ਵੀ। ਉਹਦਾ ਇੱਕ ਸਾਰਿਆਂ ਨਾਲ ਵੱਡਾ ਕਾਰਨ ਸਾਡੇ ਮਾਲਵਾ ਟਰੈਕਟਰਸ ਵਾਲੇ ਵੀ ਨੇ, ਕਿਉਂਕਿ ਸਾਡਾ ਉਹਨਾਂ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਕਰਕੇ ਅਸੀਂ ਉੱਥੇ ਉਹ ਸਾਡੇ ਕੋਲ ਰਹਿੰਦੇ ਨੇ, ਅਤੇ ਉਹਨਾਂ ਦੇ ਕਰਕੇ ਵੀ ਮੇਰੇ ਕੋਲ ਯੂਥ ਬਹੁਤ ਆਉਂਦਾ ਵਾ ਕਿ ਅਸੀਂ ਟਰੈਕਟਰ ਦੇਖਣੇ ਆ, ਕਿਉਂਕਿ ਉਹਨਾਂ ਦੇ ਟਰੈਕਟਰ ਸਾਡੇ ਕੋਲ ਖੜ੍ਹੇ ਵੀ ਰਹਿੰਦੇ ਨੇ, ਉਹਨਾਂ ਦਾ ਤਿਉਹ ਪ੍ਰੇਮ ਇੰਨਾ ਹੀ ਆ ਕਿ ਉਹ ਸਾਡੇ ਕੋਲ ਵੀ ਟਰੈਕਟਰ ਇੱਥੇ ਖੜ੍ਹੇ ਰਹਿੰਦੇ ਆ, ਉਹਦੇ ਕਰਕੇ ਵੀ ਸਾਡੇ ਕੋਲ ਬਹੁਤ ਯੂਥ ਆਉਂਦਾ। ਮੇਰੇ ਕੋਲ ਨਵੇਂ ਟਰੈਕਟਰਸ ਨੇ ਉਹਦੇ ਬਾਰੇ ਵੀ ਮੇਰੇ ਕੋਲ ਬਹੁਤ ਯੂਥ ਆਉਂਦਾ ਵੀ ਤੁਸੀਂ ਇਹ ਟਰੈਕਟਰ ਲਏ ਆ ਅਤੇ ਇਹ 'ਚ ਕੀ ਕਾਰਨ ਆ, ਕਿਉਂ ਲਿਆ, ਵੀ ਅਸੀਂ ਵੀ ਲੈਣਾ, ਸਾਨੂੰ ਜਾਣੂ ਕਰਵਾਓ। ਇਸ ਦੇ ਪ੍ਰਤੀ ਵੀ ਮੇਰੇ ਕੋਲ ਯੂਥ ਆ ਜਿਹੜਾ ਉਹ ਆਉਂਦਾ ਰਹਿੰਦਾ ਜੀ, ਕਾਲਸ ਵੀ ਆਉਂਦੀਆਂ ਰਹਿੰਦੀਆਂ ਨੇ। ਹਾਂਜੀ, ਅਤੇ ਕੰਪਨੀ ਦੀਆਂ ਵੀ ਬਹੁਤ ਜ਼ਿਆਦਾ ਮੈਨੂੰ ਕਾਲਸ, ਜਿਵੇਂ ਮੇਰੇ ਫਾਦਰ ਸਾਹਿਬ ਨੂੰ ਵੀ ਆਉਂਦੀਆਂ, ਮੈਨੂੰ ਵੀ ਆਉਂਦੀਆਂ ਨੇ ਕਿ ਕਿਉਂਕਿ ਚਲੋ ਆਪਾਂ ਜੋ ਹੈਗਾ ਟਰੈਕਟਰਸ ਦਾ ਜ਼ਿਆਦਾ ਆ, 7-8 ਟਰੈਕਟਰ ਆਪਣੇ ਕੋਲ ਇਸ ਵਕਤ ਹੈਗੇ ਆ ਜੀ, ਅਤੇ ਉਹਨਾਂ ਨੂੰ ਉਹ ਵੀ ਆਉਂਦੇ ਰਹਿੰਦੇ ਨੇ, ਡੈਮੋਸ ਵੀ ਆਉਂਦੇ ਰਹਿੰਦੇ ਆ, ਅਸੀਂ ਉਹਦੇ ਪ੍ਰਤੀ ਵੀਡੀਓ ਪਾਉਂਦੇ ਰਹਿੰਦੇ ਹਾਂ ਤਾਂ ਕਿ ਅਸੀਂ ਸਹੀ ਜਾਣਕਾਰੀ ਆ ਉਹ ਕਿਸਾਨਾਂ ਤੱਕ ਪਹੁੰਚਾ ਸਕੀਏ। ਦੇਖੋ ਜੀ, ਕੰਪਨੀਆਂ ਦਾ ਕੰਮ ਤਾਂ ਐਡ ਕਰਨਾ ਹੁੰਦਾ, ਸਾਡਾ ਮਕਸਦ ਇਹ ਆ ਕਿ ਅਸੀਂ ਕਿਸਾਨ ਵੀਰਾਂ ਨੂੰ ਸਹੀ ਸੇਧ ਦਈਏ, ਸਹੀ ਚੀਜ਼ ਦੱਸ ਸਕੀਏ ਵੀ ਇਹਦੇ ਵਿੱਚ ਕੀ ਆ। ਉਸ ਪ੍ਰਤੀ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਉਂਦਾ ਰਹਿੰਦਾ, ਇੱਥੇ ਵੀ ਜੋ ਆਉਂਦਾ, ਜੋ ਵੀਡੀਓਜ਼ ਵੀ ਦੇਖਦੇ ਨੇ ਜਾਂ ਜੋ ਕਾਲਸ ਵੀ ਕਰਦੇ ਨੇ, ਹਮੇਸ਼ਾ ਇਹੀ ਰਹਿੰਦਾ ਕਿ ਉਹਨਾਂ ਨੂੰ ਸਹੀ ਜਾਣਕਾਰੀ ਦੇ ਸਕੀਏ ਜੀ। ਹੋਰ ਖਾਸ ਗੱਲ ਪਤਾ ਲੱਗੀ ਹੈ ਕਿ ਇੱਥੇ ਜਿਹੜੇ ਨੇ ਬਹੁਤ ਸਾਰੀ ਸੈਲੀਬ੍ਰਿਟੀਜ਼ ਜਿਹੜੀਆਂ ਨੇ ਇੱਥੇ ਸ਼ੂਟ ਕਰ ਚੁੱਕੇ ਨੇ, ਕੌਣ ਕੌਣ ਉਰੇ ਆ ਚੁੱਕੇ ਨੇ, ਅਤੇ ਕਿਵੇਂ ਦਾ ਲੱਗਦਾ ਤੁਹਾਨੂੰ ਜਦੋਂ ਇੰਨੇ ਮਤਲਬ ਇੱਡੀ ਵੱਡੀਆਂ ਹਸਤੀਆਂ ਜਿਹੜੀਆਂ ਨੇ ਇੱਥੇ ਆਉਂਦੀਆਂ ਨੇ? ਦੇਖੋ ਜੀ, ਬਹੁਤ ਖੁਸ਼ੀ ਹੁੰਦੀ ਆ ਵੀ ਸੈਲੀਬ੍ਰਿਟੀਜ਼ ਇੱਥੇ ਆਉਂਦੀਆਂ ਨੇ। ਦੇਖੋ ਜੀ, ਇੱਕ ਆਮ ਘਰ ਤੋਂ ਜਦੋਂ ਇਨਸਾਨ ਉੱਠਦਾ ਨਹੀਂ, ਨੋਰਮਲ ਆਪਾਂ ਦੇਖਦੇ ਹਾਂ ਪਿੰਡਾਂ 'ਚ, ਅਤੇ ਸੈਲੀਬ੍ਰਿਟੀਜ਼ ਇੱਥੇ ਆ ਕੇ ਸ਼ੂਟ ਕਰਨ, ਤਾਂ ਇੱਕ ਆਪਦੇ ਆਪ 'ਚ ਅਤੇ ਆਪਦੇ ਨਗਰ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਮੈਂ ਕਹਿੰਦਾ ਵੀ ਮਹਿਸੂਸ ਹੁੰਦੀ ਆ ਕਿ ਅਸੀਂ ਮਿਹਨਤ ਕੀਤੀ ਆ ਤਾਂ ਇੱਥੇ ਤੱਕ ਪਹੁੰਚੇ ਹਾਂ ਕਿ ਸਾਡੇ ਕੋਲ ਕੋਈ ਚੱਲ ਕੇ ਆ ਰਿਹਾ ਹੈ ਨਾ ਜੀ। ਅਤੇ ਰਾਏ ਜੁਝਾਰ ਸਾਹਿਬ, ਦੀਪ ਢਿੱਲੋਂ ਉਹਨਾਂ ਦਾ ਸੌਂਗ ਸੀਗਾ, ਉਹਨਾਂ ਨੇ ਸ਼ੂਟ ਕੀਤਾ, ਅਮਰ ਆਡੀਓ ਵਾਲੇ ਉਹ ਆਪਣੀ ਮੋਟਰ 'ਤੇ ਸੀਗਾ, ਉਹਨਾਂ ਦਾ ਸ਼ੂਟ ਉਹ ਕਰ ਚੁੱਕੇ ਨੇ, ਅਤੇ ਇੱਕ ਦੋ ਮਾਮਾ ਬਦੋਵਾਲੀਆ ਜੀ ਨੇ ਉਹ ਸ਼ਾਰਟ ਫਿਲਮਸ ਮੂਵੀਜ਼ ਕਰਦੇ ਨੇ, ਉਹ ਵੀ ਆਪਣੇ ਕੋਲ ਸੌਂਗ ਕਰ ਚੁੱਕੇ ਨੇ, ਹੋਰ ਵੀ ਇੱਦਾਂ ਦੀਆਂ ਇੱਕ ਦੋ ਸੈਲੀਬ੍ਰਿਟੀਜ਼ ਆਪਣੇ ਕੋਲ ਜਿਹੜੀਆਂ ਉਹ ਆ ਚੁੱਕੀਆਂ, ਘਰ ਵੀ ਕੀਤਾ, ਆਪਣੀ ਮੋਟਰ 'ਤੇ ਵੀ ਕੀਤੇ ਆ, ਮੋਟਰ ਵੀ ਬਹੁਤ ਸੋਹਣੀ ਬਣਾਈ ਹੋਈ ਆ, ਚਬਾਰਾ ਪਾਇਆ, ਸਾਰਾ ਵਧੀਆ ਸਿਸਟਮ ਉੱਥੇ ਵੀ, ਅਤੇ ਉਹ ਵੀ ਸ਼ੂਟ ਉੱਥੇ ਵੀ ਹੋ ਚੁੱਕੇ ਨੇ। ਅਤੇ ਖੁਸ਼ੀ ਹੁੰਦੀ ਆ ਜੀ ਮਨ ਨੂੰ, ਆਪਦੇ ਆਪ ਨੂੰ ਖੁਸ਼ੀ ਹੁੰਦੀ ਆ, ਕਿ ਮਸ਼ੀਨਰੀ ਹੁੰਦੀ ਆ, ਟਰੈਕਟਰਸ ਹੁੰਦੇ ਆ, ਦੇਖ ਸਕਦੇ ਜੈਪਸੀ ਆ, ਉਹਦੇ ਕਰਕੇ ਵੀ ਸਾਡੇ ਕੋਲ ਬਹੁਤ ਆਉਂਦੇ ਆ ਵੀ ਬਹੁਤ ਸ਼ੌਂਕ ਨਾਲ, ਤੁਸੀਂ ਕਾਰਾਂ ਵੀ ਰੱਖੀਆਂ, ਜੇ ਟਰੈਕਟਰ ਰੱਖਿਆ ਤਾਂ ਨਾਲ ਨਾਲ ਕਾਰਾਂ ਵੀ ਸ਼ੌਂਕ ਨਾਲ ਰੱਖੀਆਂ ਹੋਈਆਂ, ਅਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਪਿੰਡਾਂ 'ਚੋਂ ਮਿਲ ਸਕਦੀਆਂ। ਮੈਂ ਇਹ ਸਮਝਦਾ ਵੀ ਆਮ ਜਿਹੜੀਆਂ ਪਿੰਡਾਂ 'ਚੋਂ ਸਾਡਾ ਬੈਕ ਕਲਚਰ ਵੀ ਮਿਲਦਾ ਵਾ, ਤਾਂ ਉਹ ਇੱਥੋਂ ਮਿਲਦਾ ਉਹਨਾਂ ਨੂੰ, ਤਾਂ ਉਹ ਆਉਂਦੇ ਨੇ, ਖੁਸ਼ੀ ਮਿਲਦੀ ਹੈ ਜੀ ਮਨ ਨੂੰ ਬਹੁਤ ਜ਼ਿਆਦਾ। ਤੁਸੀਂ ਅਵਾਰਡਸ ਜਿੱਤ ਚੁੱਕੇ ਹੋ, ਕਿੱਥੋਂ ਦੀ ਜਿੱਤੇ ਹੋਏ ਨੇ ਤੁਸੀਂ ਅਵਾਰਡਸ? ਲਾਸਟ ਟਾਈਮ ਮੈਮ ਦੇਖੋ ਜੀ, ਕ੍ਰਿਸ਼ੀ ਮਹਿੰਦਰਾ ਇੱਕ ਬਹੁਤ ਹੀ ਮੈਂ ਕਹਿੰਦਾ ਵੀ ਵਧੀਆ ਗੱਲ ਆ, ਉਹ ਕਿਸਾਨਾਂ ਦੇ ਬਾਰੇ ਬਹੁਤ ਵਧੀਆ ਜੋ ਨਵੀਆਂ ਟੈਕਨੋਲੋਜੀ ਦੀਆਂ ਚੀਜ਼ਾਂ ਸਾਡੇ ਲਈ ਲੈ ਕੇ ਆ ਰਹੇ ਨੇ। ਉਹਨਾਂ ਨੇ ਸਾਨੂੰ ਮੈਪਿੰਗ ਵਾਲੀ ਮਸ਼ੀਨ ਦਿੱਤੀ ਸੀਗੀ ਜੀ, ਮੈਪਿੰਗ ਕਰਨ ਦੇ ਲਈ ਵੀ ਆਪਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੀ ਮਿੱਟੀ ਬਾਰੇ ਜਾਣੂ ਕਰਵਾ ਸਕੀਏ। ਉਹਦਾ ਕੰਮ ਇਹ ਹੁੰਦਾ ਕਿ ਅਸੀਂ ਖੇਤ 'ਚ ਉਹਨੂੰ ਚਲਾ ਕੇ ਉਹ ਕੰਪਿਊਟਰਾਈਜ਼ ਸਾਨੂੰ ਸਾਡੀ ਟੈਬਲੇਟ ਦੇ ਸਕਰੀਨ ਦੇ ਉੱਪਰ ਸਾਨੂੰ ਦੱਸ ਦਿੰਦੀ ਹੈ ਕਿੱਥੋਂ ਜ਼ਮੀਨ ਸਾਡੀ ਮਾੜੀ ਆ ਜਾਂ ਚੰਗੀ ਆ, ਅਤੇ ਉਹ ਆਪਾਂ ਕਾਫੀ ਜ਼ਿਆਦਾ ਮੈਪਿੰਗਸ 250-300 ਏਕੜ ਕੀਤਾ ਸੀਗਾ ਉਹਦੇ ਪ੍ਰਤੀ, ਅਤੇ ਕ੍ਰਿਸ਼ੀ ਨੇ ਮਹਿੰਦਰਾ ਨੇ ਵੀ ਅਵਾਰਡ ਦਿੱਤਾ, ਅਤੇ ਸਾਡੇ ਐਗਰੀਕਲਚਰ ਡਿਪਾਰਟਮੈਂਟ ਵਾਲੇ, ਕਿਉਂਕਿ ਲਾਸਟ 3 ਇਅਰਸ ਤੋਂ ਆਪਾਂ ਜੋ ਪੈੜੀ ਦੀ ਹੁੰਦੀ ਆ ਵੇਸਟੇਜ ਉਹਨੂੰ ਵਰਨ ਹੀ ਕਰ ਰਹੇ, ਉਹਦੇ ਪ੍ਰਤੀ ਵੀ ਸਾਨੂੰ ਸਾਡੇ ਬਲਾਕ ਅਫਸਰਸ ਨੇ, ਸਾਡੇ ਚੀਫ ਸਾਹਿਬ ਨੇ, ਉਹਨਾਂ ਨੇ ਵੀ ਅਵਾਰਡ ਦਿੱਤਾ, ਅਤੇ ਸਾਨੂੰ ਕਾਲਸ ਵੀ ਕਰਦੇ ਰਹਿੰਦੇ ਆ, ਸਾਨੂੰ ਐਪਰੀਸ਼ੀਏਟ ਵੀ ਕਰਦੇ ਰਹਿੰਦੇ ਆ, ਜਿੱਥੇ ਸਾਨੂੰ ਲੋੜ ਹੁੰਦੀ ਆ ਉਹ ਵੀ ਆ ਕੇ ਸਾਡੇ ਨਾਲ ਖੜ੍ਹਦੇ ਆ, ਕਿਉਂਕਿ ਦੇਖੋ ਉਹ ਬਹੁਤ ਕੋਸ਼ਿਸ਼ ਕਰਦੇ ਆ ਵੀ ਅਸੀਂ ਜਿਹੜੀਆਂ ਕਿਸਾਨਾਂ ਨੂੰ ਆ ਜਿਹੜੀ ਉਹ ਸੋਚ ਆ ਥੋੜ੍ਹੀ ਜਿਹੀ ਸਮੇਂ ਦੇ ਹਿਸਾਬ ਨਾਲ ਬਦਲ ਦਈਏ, ਤਾਂ ਜੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਉਹ ਤਾਂ ਹੀ ਕਰ ਸਕਦੇ ਆ, ਜੇ ਕਿਤੇ ਸਾਨੂੰ ਲੋੜ ਹੁੰਦੀ ਆ ਤਾਂ ਉਹ ਸਭ ਤੋਂ ਪਹਿਲਾਂ ਮੂਹਰੇ ਉਹ ਆ ਕੇ ਖੜ੍ਹਦੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਇਸ ਵੀਡੀਓ ਰਾਹੀਂ ਕਰਦਾ
कि वो साढ़े नाल मोढ़े नाल मोढ़ा जोड़ के हर वक्त खड़ते हैं, तो यह सारा कुछ उन्हां दी बदौलती है, उन्हां दे नाल लाकी है जिहड़ा सारा कुछ वो हो रहा वा। असीं इत्थे तक पहुँचे हाँ तो उन्हां दा साथ साढ़े नाल हमेशा रहा वा जी। कितने कितने दर्शकों के मन में क्वेश्चन आ रहा होएगा कि इसकी कोस्ट भी कुछ अलग पैंदी है, ज़्यादा महंगा पैंदा होएगा या उन्ना ही पैंदा जिद्दां तुसीं कहा मशीनरी खुद तैयार करते हो तुसीं? हाँ जी, देखो जी गल पता की, जो कुछ नवा करना तो सानू थोड़ी बहुती तो इनवैसटमेंट ज़्यादा करना ही पैंदी है ना जी। तुसीं ला लो भी वेस्टेज ही आ, तो चलो औखा भी आ, किसान स्ट्रगल च ने इस वक्त, तो पर जे असी वर नहीं करते, असी आपके वातावरण प्रति सोचते हाँ तो वह जैनुअन जी गल आ कि वह थोड़ा जहा कॉस्टली पैंदा, जां मशीनरी कोई नवी आप चलानी आ तो वह कॉस्टली पैंदी है जी। पर उहदा मकसद ज़्यादा वधिया हो जाता वे। हाँ जी, उहदा रिजल्ट मिलेगा जी, रिजल्ट तो जरूर। महिंद्रा इसे करके साडे नाल जुड़ी आ, महिंद्रा दे भी बहुत जिहड़े उहनां दे साडे कोले वर्कर आ आउंदे रहिंदे ने, उहनां दी टीम साडे कोले हर वक्त बहुत जुड़ी आ, क्योंकि उन्हां दीआं बहुत वधिया चीज़ां आ रही ने खेतीबाड़ी दे प्रति। वो डेमोस भी लैके आ रहे ने, क्योंकि मैं नाल दी नाल वीडियो पा के भी दिखाऊंगा हाँ जी अपने चैनल दे उपर। रोबोट लैके आ रहे ने स्प्रे वाला, तो मैपिंग वाली मशीन आ, ताकि असीं आपदी मिट्टी नूं बचा सकीए। कि आपां जनरल जी वीडियो देखणगे तो सारिआं नूं पता कि खाद चक्की आ तां सारिआं ने पाती जी, कितें चंगा कितें माड़ा उवें पाती खाद, साडी मिट्टी नूं बहुत नुकसान आ जी उह चीज़ दा। तो उन्होंने मशीन आ जिहड़ी उह पहलां तां बाहरों इंपोर्ट करवाई, वह ज़्यादा कॉस्टली सी, 35 to 40 lakh की कॉस्ट की सीगी। हुण महिंद्रा ने आपदी मशीन तैयार की आ एज ए सेल करन दे लई, वो 5 to 7 lakh की कॉस्ट चाह, ता कि वह जोड़े आम किसान आ वह भी उन्होंने लै सकन। सानू भी उन्होंने दिती है, कि असी किराए पर जोड़ा घट रेट के उपर जो किसानों ये सहूलत है जी दे सकीए। हूँ उन्होंने मशीन इस वक्त साढ़े को ही आना, सिर्फ वो भी ये मकसद आ भी साड़ी मिट्टी जी बच सके, साड़िया आने वाली जनरेशन ये प्रॉब्लम आ जी ना आए, कि साड़ी मिट्टी ही उपजाऊ ना रहे जी। यार मैं एक ट्रैक्टर देख रही जिते लिखा होया है कि बाबा आपे तख्त बिठा देवे बंदा होवे ना बेनीत कुड़े, ये जी मैं लिखवाया तो मैं ही सीगा, तो मैं साढ़े फादर साहब आ जिहड़े वह हर वक्त सानू सपोर्ट ही करदे आ, उन्होंने कदे सानू नैगटिविटी नहीं दिती। जे असी कुछ नवा करना चाहिया तो उन्होंने कहा भी तुसी करो, जे करांगे तो फिर ही कामयाब होवांगे, जे आपां करांगे नहीं तो कदे भी कामयाबी नहीं मिलेगी आपां नूं, जे करांगे तो काम। तो उन्होंने हमेशा सानू पॉजिटिविटी दिखाई है, तो इस लिए यह चीज़ आ जिहड़ी वो मेरा मन सीगा लिखवाउण दा, भाई बीज दे बोल ने बहुत सोहणे ने, तो मेरा मन सीगा भी मैं ट्रैक्टर के बांपर के उपर लिखावा, क्योंकि ये मैं खुद देखी आ, जे तुसी नीत आपकी चंगी रखोगे, मालक ते भरोसा रखोगे तो कामयाबी लाजमी थोड़ी पैर आ जिहड़ी चुमूगी। अज दी यूथ नूं तुसी कोई मैसेज देना चाहते हो? जिवें तुसी कहा कि बहुत ज़्यादा स्ट्रगल किया है तुसी, कि कित्थे मतलब तुसी एक फस्ट स्टैप तो हुण बहुत वधिया स्टैप ते पहुँच गए हो, तो अज दी यूथ जिहड़ी है नशियां विच बहुत गई हुई है, कुछ कहना चाहते हो उन्हां लई? हाँ जी बिल्कुल जी, मैं यूथ नूं मैसेज देना चाहुंदा वां कि आपां सरकारां नूं भंडण तों अलावा, आपां उन्हां नूं दोष देण तों अलावा, आपां खुद भी काम आ जिहड़ा उह कर सकदे आ, अपने घरदिआं नूं सपोर्ट कर सकदे आ। देखो जी मैं भी एक नॉर्मल फैमिली तों बिलोंग करदा, सिंपल घर सीगा, एक ट्रैक्टर सी, नॉर्मल खेतीबाड़ी करदे सीगे। मैं कहिंदा भी मेरे फादर साहब हुणां दी स्ट्रगल रही आ, हार्ड वर्क रहा उन्होंने, इन्ना क हार्ड वर्क किया, पॉजिटिव सोचा, तो प्लस टैक्निकली जो देखिए तो मतलब सोच है जी अपडेट रखी आ, इदा नहीं है भी जो अज चल रहा उ नवा कर कोशिश की आ, जे आप नवा करांगे करके देखांगे तो ही असी उस कामयाब होवांगे। तो मैं इस ये समझना आपकी लाइफ के बच्च कि जे कोई उन्होंने मतलब सोचा भी आप कुछ नवा करांगे तो इत्थे तक आए हैं, तो इत्थे तक जिहड़ा साडा वह बजया वा सारा कुछ, अज 8 ट्रैक्टर ने, मालक का भी शुक्र करते हैं कि दाता देने वाला वा। तो यूथ नूं मैं कहना चाहुंदा भी आपां सरकारां नूं ना भंडदे हुए अपने घरदिआं दा साथ दईए थोड़ा बहुत, चलो है तो सारा कुछ ही आ, हुण सरकारां भी साथ नहीं दे रही, हुण जिद्दां कि भाजी की गल करिए शर्मा साहब ने जगराऊं पुल दे थले तुसीं भी इंटरव्यू पाई आ, मेरे चैनल पर वीडियो पाई आ, देखो उन्होंने किन्नी स्टडी की आ, तो उन्होंने अकॉर्डिंग वो कम की कर रहे, पर पिछे मोटीवेशन देखो की आ, वो इन्ना सारा कुछ करके भी हार्ड वर्क कर रहे, उन्होंने हार्ड वर्क नहीं छड्डिया, नशा वो भी कर सकते सी, वो भी गलत लाइन पर चल सकते सी, गलत रास्ते पै सकते सी, पर उहदा रिजल्ट नहीं सी मिलना। जे वो अज देखो किन्ने
इंटरव्यू ही चैनल उन्हां दीआं कर चुके ने क्यों कि उन्होंने हार्डवर्क नहीं छड्डिया। तो मैं यूथ नूं कहना चाहूँगा कि आपां हार्डवर्क ना छड्डिए, सारिया चीज़ां दे नाल नाल अपने घरदिआं दा साथ दईए। जो पिंडां नूं बिलोंग करदे ने, जो किसानां दे पुत्त ने, वह जरूर अपने फादर साहब उन्हां दा साथ दे के देखण, उन्हां दे नाल कम करवाउण, उन्हां दे दुख सुख च खड़न, तां आपां जिहड़े गलत राह उन्हां तों भी बचांगे ते जो कामयाबी आ आपां उहनूं भी नाल लैके चल सकदे आ। थोड़े नाल गलबात करके थोड़ी सोच जिहड़ी आ बहुत बाकमाल दी है, ते जो तुसीं ट्रैक्टर ते लिखवाया उवें दे इंसान हो तुसीं, बहुत वधिया लग्गिया सर थोड़े नाल गल करके। ते एक चीज़ जानना चाहवांगे, जिद्दां तुसीं कहा हजे नवीं मशीनरी आ रही है थोड़े कोल महिंद्रा वल्लों, तां कुछ है जो साडे दर्शक देख सकदे ने? हाँ जी, मैं मैपिंग वाली मशीन दिखा सकदा हूँ, इस वक्त अपने कोल खड़ी है जी। तो उस तो उपरंत वो अपने कोल रोबोट लैके आ रहे हैं, जो स्प्रे करन वाला हवा दे विच वो भी लैके आ रहे हैं। तो उन उस भी एक मेन जो साडा चल रहा भी उहदी कॉस्ट आ जिहड़ी वो इन्नी कु होवे कि जिहड़े साडे जेनुइन किसान आ उहनूं परचेज कर सकन, लै सकन। तां उहनां नाल साडीआं मीटिंग्स भी हुंदीआं रहिंदीआं, साडा हर वक्त उहनां नूं इही कहिणा हुंदा कि साडे नॉर्मल किसान आ जिहड़े वो इस तक अप्रोच कर सकन, ते उह सानूं टैक्नीक्स देण पर इदां दीआं देण कि असीं उहनां नूं लै सकीए, उहनां तक अप्रोच कर सकीए। क्योंकि जिहड़ा किसान आ साडा वो काफ़ी स्ट्रगल दे विच्चों लंघ रिहा, ते साडीआं कंपनीआं नूं भी इही बेनतीआं हुंदीआं ने भी वो साथ देण साडा जी। मैं हुण तुहानूं मशीन आ जिहड़ी वो दिखा सकदा। हाँ जी, आ तुसीं दे सकदे हो, ये महिंद्रा कंपनी की माटी आ, जो साडी जिहड़ी सॉयल आ, जो साडी मिट्टी आ खेत की, उहदे टैसटिंग करदी आ, नाल PhD सैंपल भी लैंदी आ, पानी दे सैंपल भी चकदी आ कि साडी मिट्टी किन्ना क पानी अबजर्व कर सकदी आ, किन्ना क पानी दी उहनूं लोड़ आ, किन्ना क उहने लैणा, ते कित्थों साडी मिट्टी चंगी आ जी, कित्थों साडी मिट्टी माड़ी आ। ते इह माटी आ इह उहनां ने एक्सपोर्ट इहनां ने मंगाई सी बाहरों, पर इह काफ़ी कॉस्टली सी, इह 50 to 60 lakh की कॉस्ट दे विच इह मशीन आई हुई आ। पर इस वक्त महिंद्रा अपनी खुद की माटी तैयार करके जो किसानों नूं आने वाले समय के 5 to 6 lakh की कीमत दे विच वो दे रहे हैं। पर फिलहाल साडे कोल इह भी चलदी आ मशीन, ते इहदे नाल भी असीं काफ़ी काम कर चुके हाँ। ते इहदे नाल इक ड्रिल हुंदी आ जो नाल खाद पाउंदी आ, इस दा डाटा उहदे 'च अपलोड हो जाता, ते उह नाल खाद दा काम करदी आ। ते असीं खुद भी अपने खेतों के यूज़ किया, ते फसल जदों असीं बढ़ते हाँ, जां जिवें असीं आलूआं दी काश्त करदे हाँ, जां असीं आलू पटदे हाँ, तां उस तों उदों बाद इहदा रिजल्ट आ जिहड़ा सानूं मिलदा उह बाखूबी रहा, काफ़ी रिजल्ट इहदा, ते काफ़ी सानूं लोकां ने भी एप्रीशिएट किया भी बाकमाल चीज़ आ जिहड़ी उह हैगी आ। ते इहदा मेन कारण इही आ कि असीं आपदी मिट्टी दी ऑब्जरवेशन नूं बचा सकीए, क्योंकि देखदे हाँ कि पेस्टीसाइड्स बहुत यूज़ हो रही ने, फर्टिलाइजर बहुत यूज़ हो रहा, काफ़ी मात्रा दे विच हो रहा, उसनू कंट्रोल करन दे लई महिंद्रा साडे विच इह जिहड़ी मशीन आ जी उह लैके आई आ। हाँ जी, ते मैं कहांगी एक बार तुसीं अपना नंबर दे दो, क्योंकि दर्शक जिहड़े ने उह जानना चाहुंदे होणगे कुछ चीज़ां ट्रैक्टर बारे, तां कि उह तुहानूं कॉल करके कुछ भी उन्होंने पुछना होया तां जरूर पुछ सकन। हाँ जी जरूर जी, मैं दस देना चाहुंदा भी पहलां तां अपने चैनल दे उपर काफ़ी सारिया ट्रैक्टर्स दीआं वीडियोज़ ने जिहड़ियां अपलोड कीतियां हुई ने, उन्हां बारे जानकारी भी अपलोड की हुई आ, तां कि दर्शक साडे उह जिहड़े बरीकी नाल भी उहनूं चीज़ नूं देख सकन, है ना जी। ते जिद्दां सोनालीका भी अपने स्वराज ट्रैक्टर आ, काफ़ी सारिया कंपनीज़ नाल आपां जुड़े हुए हाँ, काफ़ी डेमोज़ भी आउंदे रहिंदे ने नाल दी नाल अपने कोल। ते मैं नंबर भी दे दिंदा 98145 99002 98145 99002, जदों मर्जी मैनूं कोई भी वीर किसी भी गल प्रति कॉल कर सकदा वा। ते इस तों इलावा मैं होर भी गल दस देना चाहुंदा कि एग्रीकल्चर दे प्रति भी मैं आपदे आप नूं बहुत जो है वह समझदा भी मैं आपदे आप नूं भागां वाला समझदा कि मैं एक बहुत ही वधिया ग्रुप नाल जुड़िया होया व्हाट्सएप दे उपर, साडे सोशल मीडिया दे उपर, यह भी एक बहुत वधिया चीज़ आ सानूं अपग्रेड करन दे विच। जय जवान जय किसान ग्रुप आ जिहड़ा जी साडा, वह व्हाट्सएप दे उपर बनिया, साडे पंजाब दे वख वख जिलों तो बहुत ही उगे साडे किसान जिहड़े जो नवीं अपडेट्स लैके आउंदे ने, जां खेती प्रति बहुत ज़्यादा एक्सपीरियंसेबल ने, वह साडे नाल जुड़े हुए आ। उन्हां तों मैं जानकारी जो मैनूं मिलदी आ, मैं चाहुंदा मैं होर भी किसानां नूं उन्हां दे प्रति राह दिखा सकां, सही उन्हां दा रास्ता दिखा सकां, जो मैनूं जानकारी मिलदी आ मैं वह भी, जे किसी नूं कोई एग्रीकल्चर प्रति प्रॉब्लम आ तां मैं वह भी सॉल्व जिहड़ी आपां कर सकदे हां, क्योंकि हर चीज़ का कहिंदे हुंदे आ हल आ, जे आपां किसी नूं दसांगे डाक्टर नूं दसांगे बीमारी की आ तां उहदा इलाज तां ही होऊगा।
ਅਤੇ ਮਤਲਬ ਕਿ ਇੱਦਾਂ ਦਾ ਵੀ ਆਪਣੇ ਕੋਲ ਇਹ ਸਿਸਟਮ ਆ ਜਿਹੜਾ ਮੈਂ ਉਹ ਭਾਗਾਂ ਨਾਲ ਸਮਝਦਾ ਆਪਣੇ ਆਪ ਨੂੰ ਕਿ ਮੈਂ ਉਸ ਅਦਾਰੇ ਨਾਲ ਵੀ ਜੁੜਿਆ ਹੋਇਆ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਸਾਡੇ ਨਾਲ ਬਹੁਤ ਵਧੀਆ ਕਿਸਾਨ ਨੇ ਜੋ ਉਹ 'ਚ ਜੁੜੇ ਹੋਏ ਨੇ ਐਗਰੀਕਲਚਰ ਦੇ ਪ੍ਰਤੀ ਵੀ ਮਸ਼ੀਨਰੀ ਪ੍ਰਤੀ ਤਾਂ ਹੈ ਹੀ ਹੈ। ਮੈਂ ਅਪਡੇਟਸ ਜਿਹੜੀਆਂ ਉਹ ਨਵੀਆਂ ਚੈਨਲ 'ਤੇ ਵੀ ਪਾਉਂਦਾ ਤਾਂ ਮੈਨੂੰ ਕਾਲ ਵੀ ਆ ਜੇ ਕਿਸੇ ਨੇ ਕਰਨੀ ਉਹ ਕਰ ਸਕਦਾ ਜੀ ਐਨੀ ਟਾਈਮ। ਟਾਈਮ ਹੈਗਾ ਕਾਲ ਕਰਨ ਦਾ ਜਿਵੇਂ ਕੋਈ ਤੁਹਾਡਾ ਬਿਜ਼ੀ ਸਕੈਡਿਊਲ ਵੀ ਹੋ ਸਕਦਾ? ਨਹੀਂ ਮੈਮ, ਮੇਰਾ ਕੋਈ ਬਿਜ਼ੀ ਨਹੀਂ ਹੁੰਦਾ। ਜੇ ਕਹੀਏ ਤਾਂ ਕਿਸਾਨਾਂ ਦੇ ਲਈ ਤਾਂ ਆਪਾਂ 24 ਘੰਟੇ ਹਾਜ਼ਰ ਹਾਂ ਜੀ। ਜਦੋਂ ਮਰਜ਼ੀ ਮੈਨੂੰ ਕਿਸੇ ਨੂੰ ਵੀ ਕਦੋਂ ਵੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਨੂੰ ਕਦੋਂ ਮਰਜ਼ੀ ਕਾਲ ਕਰ ਸਕਦੇ, ਆਪਾਂ ਐਨੀ ਟਾਈਮ ਕਾਲ ਚੱਕਾਂਗੇ। ਕੋਈ ਇਹ 'ਚ ਉਹ ਨਹੀਂ, ਆਪਣੀ ਟਾਈਮਿੰਗ ਨਹੀਂ ਹੈਗੀ, ਕਿਉਂਕਿ ਕਹਿੰਦੇ ਹੁੰਦੇ ਆ ਵੀ ਦਿਨ ਪਰ ਰਾਤ ਦੀ ਕਮਾਈ ਆ ਜਿਹੜੀ ਉਹ ਕਿਸਾਨ ਕਰਦਾ, ਤਾਂ ਉਹ ਮਿਹਨਤ ਜੇ ਕੋਈ ਕਰਦਾ ਤਾਂ ਕੋਈ ਨਵੀਂ ਚੀਜ਼ ਕਰਨਾ ਚਾਹੁੰਦਾ ਤਾਂ ਆਪਾਂ ਉਹਦਾ ਮੁੰਡੇ ਨਾਲ ਮੁੰਡਾ ਲਾ ਕੇ ਖੜਾਂਗੇ ਜੀ। ਜ਼ਰੂਰ ਜੀ, ਦੇ ਫਾਦਰ ਸਾਹਿਬ ਨਾਲ ਗੱਲ ਕਰਾਂਗੇ ਕਿ ਮੁੰਡੇ ਨੇ ਇੰਨੀ ਤਾਰੀਫ ਕੀਤੀ ਹੈ ਤੁਹਾਡੀ, ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਤਾਰੀਫ ਤਾਂ ਜੀ ਫਿਰ ਕਰਨੀ ਹੋਈ ਆ, ਜਦੋਂ ਆਪਾਂ ਮਿਹਨਤ ਕੀਤੀ ਹੈ ਨਾ ਜੀ ਜਾਨ ਲਾ ਕੇ। ਮੈਂ 10ਵੀਂ ਮੈਟ੍ਰਿਕ ਜਾਣ ਦੀ 90 ਸਨ 'ਚ ਕੀਤੀ ਆ, ਅਤੇ ਉਦੋਂ ਅਸੀਂ ਪਹਿਲੀ ਵਾਰੀ ਮਹਿੰਦਰਾ ਟਰੈਕਟਰ ਲਿਆ। ਅਸੀਂ ਆਪਣੇ ਦਾਦਾ ਜੀ ਨੂੰ ਕਿਹਾ ਵੀ ਲੈਣਾ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਜ਼ਮੀਨ ਨਹੀਂ ਗਹਿਣੇ ਕਰ ਸਕਦੇ ਆਪਦੀ, ਵੀ ਅਸੀਂ ਜ਼ਮੀਨ ਥੋੜ੍ਹੀ ਗਹਿਣੇ ਕਰ ਸਕਦੇ। ਚਲੋ ਅਸੀਂ ਸਾਡੀ ਥੋੜ੍ਹੀ ਖਰੀਦੀ ਸੀ ਜ਼ਮੀਨ, ਅਸੀਂ ਉਹ ਦੇ ਕੇ ਉਹਦੇ ਨੰਬਰ, ਚਲੋ ਪਹਿਲੀ ਵਾਰੀ 90 'ਚ ਇੱਕ ਟਰੈਕਟਰ ਲਿਆ। ਅਤੇ ਉਹ ਵੀ ਸਮਾਂ ਸੀ ਜਾਣ ਦੀ, ਜਦੋਂ ਜੇ ਕੰਪੈਨ ਕਣਕ ਵੱਢਣ ਆ ਜਾਣੀ ਤਾਂ ਟਰਾਲੀ ਨਾ ਕਿਰਾਏ 'ਤੇ ਮਿਲਣੀ, ਜੇ ਟਰਾਲੀ ਮਿਲ ਜਾਣੀ ਤਾਂ ਕੰਪੈਨ ਵਾਲੇ ਨੇ ਲਾਰਾ ਲਾ ਜਾਣਾ। ਇਹ ਵੀ ਇੱਕ ਸਮਾਂ ਸੀ, ਅਤੇ ਅੱਜ ਵੀ ਇੱਕ ਸਮਾਂ, ਅਤੇ ਆਪਣੇ ਕੋਲ ਆਪਦੀ ਸੁੱਖ ਨਾਲ 1 ਕਰੋੜ ਰੁਪਈਏ ਦੀ ਮਸ਼ੀਨਰੀ ਆ। ਕੋਈ ਵੀ ਸੰਦ ਇਹੋ ਜਿਹਾ ਨਹੀਂ ਜਿਹੜਾ ਆਪਣੇ ਕੋਲ ਨਹੀਂ ਹੈ। ਜਿੰਨੇ ਆਹ ਸੰਦ ਖੜ੍ਹੇ ਆਪਣੇ ਇੰਨੇ ਉੱਧਰਲੇ ਸ਼ੈੱਡ 'ਚ ਖੜ੍ਹੇ ਆ, ਜਿਵੇਂ ਨਿਊ ਮੈਟਿਕ ਪਲਾਂਟਰ ਆ ਮੱਕੀ ਬੀਜਣ ਵਾਲੀ, ਜਾਂ ਹੋਰ ਕੰਬਾਈਨ ਵਗੈਰਾ ਸਾਰਾ ਕੁਛ ਉੱਧਰ ਖੜ੍ਹਾ। ਅਤੇ ਜਿਵੇਂ ਹੁਣ ਆਹ ਆਪਣੇ ਗੱਠਾਂ ਬੰਨਣ ਵਾਲੀ ਆ ਜੀ ਮਸ਼ੀਨ, ਇਹਦਾ ਵੀ ਕਾਫੀ ਹੁਣ ਨਵੇਂ ਯੁੱਗ ਨਾਲ ਇਹਦਾ ਰਿਲੇਸ਼ਨ ਆ। ਅਤੇ ਮੈਂ ਇਹੀ ਜਾਣਦੀ ਸੁਨੇਹਾ ਦਿੰਦਾ, ਜਿਵੇਂ ਹੁਣ ਸਾਡੇ ਹੈ ਨਾ ਮੁੰਡੇ ਆਹ ਜਗਰਾਜ ਨੇ ਸਿਫਤ ਕੀਤੀ ਆ, ਇੱਦਾਂ ਹੀ ਸਾਰਿਆਂ ਮਾਂ ਪਿਓ ਦੀ ਉਹ ਸਿਫਤ ਕਰਨ, ਮਾਂ ਪਿਓ ਦੀ ਵੀ ਅਤੇ ਸਾਰੀ ਨੌਜਵਾਨ ਪੀੜ੍ਹੀ ਨੂੰ ਮੇਰਾ ਇਹੀ ਸੁਨੇਹਾ ਵੀ ਦੱਬ ਕੇ ਮਿਹਨਤ ਕਰੋ। ਅਤੇ ਇੱਕ ਇਹ ਵੀ ਮੇਰੀ ਜ਼ਿੰਦਗੀ ਦਾ ਰਾਜ ਆ ਵੀ ਜੇ ਅਸੀਂ ਕਾਮਯਾਬ ਹੋਏ ਹਾਂ ਤਾਂ ਲੋਨ ਲੈ ਕੇ ਸਾਰਾ ਕੁਛ ਲਿਆ। ਸਾਡੇ ਕੋਲ ਜਮ੍ਹਾਂ ਨਹੀਂ ਸੀ ਪੈਸੇ ਪਏ ਵੀ ਅਸੀਂ ਉਹਦਾ ਨਗਦ ਟਰੈਕਟਰ ਲੈ ਲਿਆ, ਕੋਈ ਵੀ ਟਰੈਕਟਰ ਅਸੀਂ ਨਗਦ ਨਹੀਂ ਲਿਆ, ਸਾਰੇ ਲੋਨ ਲੈ ਕੇ ਅਸੀਂ ਕਾਮਯਾਬ ਹੋਏ ਹਾਂ। ਇਹ ਮੇਰੀ ਜ਼ਿੰਦਗੀ ਦਾ ਰਾਜ ਆ ਜਿਹੜਾ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ। ਲੋਨ ਲਓ ਪਰ ਉਹਦਾ ਸਹੀ ਇਸਤੇਮਾਲ ਕਰੋ, ਅਤੇ ਬਸ ਇਹੀ ਆ ਵੀ ਸਖਤ ਮਿਹਨਤ ਕਰੋ, ਅਤੇ ਪਰਾਲੀ ਨੂੰ ਜਿੰਨਾ ਹੋ ਸਕਦਾ ਘੱਟ ਤੋਂ ਘੱਟ ਅੱਗ ਲਾਓ, ਆਪਣੇ ਸਿਹਤ ਨਾਲ ਖਿਲਵਾੜ ਆ, ਬਸ ਇਹੀ ਕੁਛ ਕਹਿੰਦਾ ਹੋਇਆ। ਧੰਨਵਾਦ ਕਰਦਾ ਤੁਹਾਡਾ, ਬਹੁਤ ਵਧੀਆ ਲੱਗਿਆ। ਜੈਨੂਇਨ ਪਰਸਨ ਨੇ ਅਤੇ ਕਿੰਨਾ ਵਧੀਆ ਉਹਨਾਂ ਨੇ ਸਮਝਾਇਆ, ਅਤੇ ਤੁਸੀਂ ਉਹਨਾਂ ਦੀ ਗੱਲਾਂ ਤੋਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਉਹ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਨੇ। ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਹੈ, ਕੋਈ ਫੋਨ 'ਤੇ ਗੱਲ ਕਰਨਾ ਚਾਹੁੰਦਾ, ਟਰੈਕਟਰ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ, ਕੁਛ ਨਵਾਂ ਤਿਆਰ ਕਰਨਾ ਚਾਹੁੰਦਾ, ਤਾਂ ਉਹ ਜ਼ਰੂਰ ਉਹਨਾਂ ਦਾ ਸਾਥ ਦੇਣਗੇ। ਇਸੇ ਦੇ ਨਾਲ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਉ। ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਕੈਮਰਾਮੈਨ ਆਦਿਤਿਆ ਦੇ ਨਾਲ ਖੁਸ਼ਬੂ ਸ਼ਰਮਾ ਦੀ ਰਿਪੋਰਟ।